ਸਮੁੱਚੀ ਮਨੁੱਖਤਾ ਦੇ ਸਾਂਝੇ ਰਹਿਬਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ ਅੰਦਰ ਜੁੜੇ ਬੈਠੇ ਸਰਬੱਤ ਗੁਰੂ ਖਾਲਸਾ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਸਾਧ ਸੰਗਤ ਜੀ ਅਦਬ ਸਤਿਕਾਰ ਸਹਿਤ ਗੁਰਫਤਿਹ ਬੁਲਾਓ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਬੱਤ ਦੇ ਭਲੇ ਵਾਸਤੇ ਮਹਾਂਪੁਰਸ਼ਾਂ ਵੱਲੋਂ ਜੋ ਇਹ ਮਹਾਨ ਗੁਰਮਤਿ ਸਮਾਗਮ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਪ੍ਰਵਾਹ ਚੱਲੇ ਬੜਾ ਆਨੰਦਮਈ ਸਮਾਂ ਹੈ। ਆਪ ਸਭ ਮਾਈ ਭਾਈ ਦੂਰੋਂ ਨੇੜਿਓਂ ਦੇਸ਼ ਵਿਦੇਸ਼ ਵਿੱਚੋਂ ਚੱਲ ਕੇ ਆ ਕਰਕੇ ਗੁਰੂ ਚਰਨਾਂ ਦੇ ਵਿੱਚ ਹਾਜ਼ਰੀਆਂ ਭਰ ਰਹੇ ਹੋ। ਵਿਦਵਾਨਾਂ ਦੀ ਸਭਾ ਹੈ, ਕੇਵਲ ਚੰਦ ਮਿੰਟਾਂ ਵਾਸਤੇ ਹਾਜ਼ਰੀ ਮਾਤਰ। ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਇਸ ਪਾਵਨ ਪਵਿੱਤਰ ਦਰਬਾਰ ਦੇ ਅੰਦਰ ਬਾਬਾ ਜੀਆਂ ਦੇ ਪਿਆਰ ਨੂੰ ਮੁੱਖ ਰੱਖਦਿਆਂ ਹੋਇਆਂ ਕੇਵਲ ਹਾਜ਼ਰੀ ਮਾਤਰ ਚੰਦ ਮਿੰਟ ਹੀ ਆਪਾਂ ਸਾਰੇ ਹੀ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਲੈ ਰਹੇ ਹਾਂ। ਬਾਬਾ ਜੀਆਂ ਨੇ ਬੜੇ ਸੁੰਦਰ ਬਚਨ ਸਤਿਗੁਰੂ ਜੀ ਦੀ ਬਾਣੀ ਦਾ ਸਿਧਾਂਤ ਆਪਾਂ ਨੂੰ ਸਰਵਣ ਕਰਵਾਇਆ ਹੈ। ਭਈ ਪ੍ਰਾਪਤ ਮਾਨਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਅਵਰ ਕਾਜ ਤੇਰੇ ਕਿਤੇ ਨਾਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਜੋ ਸਾਡਾ ਸਾਰਿਆਂ ਦਾ ਮੁੱਖ ਫਰਜ਼ ਹੈ, ਸਾਡਾ ਸਾਰਿਆਂ ਦਾ ਜੋ ਮੁੱਖ ਮੰਤਵ ਹੈ ਇਸ ਸੰਸਾਰ ਦੇ ਉੱਤੇ, ਸਤਿਗੁਰੂ ਗਰੀਬ ਨੂੰ ਆਦਿ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਬਚਨ ਥੋੜ੍ਹਾ ਚਿਰ ਪਹਿਲਾਂ ਜਦੋਂ ਮਹਾਰਾਜ ਸਾਹਿਬ ਜੀ ਦੀ ਬਾਣੀ ਦੇ ਸੰਪੂਰਨਤਾਈ ਦੇ ਜਾਪ ਹੋ ਰਹੇ ਸਨ, ਨੌਵੇਂ ਪਾਤਸ਼ਾਹ ਜੀ ਦੇ ਸਲੋਕ ਸਰਵਣ ਕੀਤੇ ਜਾ ਰਹੇ ਸਨ, ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਾਵਨ ਪਵਿੱਤਰ ਬਚਨ, ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੇ ਕਾਲ। ਸੰਸਾਰ ਦੀ ਨਾਸ਼ਵਾਨਤਾ ਪ੍ਰਤੀ ਸਤਿਗੁਰੂ ਜੀ ਫਰਮਾਨ ਕਰਦੇ ਨੇ, ਜੋ ਵੀ ਪੈਦਾ ਹੋਇਆ ਉਹਨੇ ਇੱਕ ਦਿਨ ਖਤਮ ਹੋ ਜਾਣਾ ਹੈ। ਸੰਸਾਰ ਦੇ ਉੱਤੇ ਜੋ ਵੀ ਦਿਸਦਾ ਹੈ ਉਹ ਨਾਸ਼ਵਾਨ ਹੈ। ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੇ ਕਾਲ। ਕੋਈ ਨਾ ਕੋਈ ਸਮਾਂ ਅੰਤ ਦਾ, ਜਿਸਦਾ ਆਦਿ ਹੋਇਆ ਉਸਦਾ ਅੰਤ ਹੋਏਗਾ, ਜੋ ਦਿਨ ਚੜ੍ਹਿਆ ਉਹ ਆਥਣ ਹੀ ਜਾਣਾ ਹੈ। ਸੋ ਇਸ ਪ੍ਰਕਾਰ ਪਰੋ ਆਜ ਕੇ ਕਾਲ ਅਖੀਰ ਬਚਨ ਕੀ ਆਇਆ ਜੀ, ਨਾਨਕ ਹਰ ਗੁਣ ਗਾਏ ਲੈ ਛਾੜ ਸਕਲ ਜੰਜਾਲ। ਸਾਰਿਆਂ ਜੰਜਾਲਾਂ ਨੂੰ ਛੱਡ ਕੇ ਐ ਜੀਵ ਵਾਹਿਗੁਰੂ ਦਾ ਭਜਨ ਕਰ ਲੈ, ਵਾਹਿਗੁਰੂ ਦਾ ਸਿਮਰਨ ਕਰ, ਇਹੀ ਤੇਰੇ ਨਾਲ ਜਾਣ ਵਾਲਾ ਖਜ਼ਾਨਾ ਹੈ ਲੋਕ ਪ੍ਰਲੋਕ ਦਾ। ਔਰ ਇੱਥੇ ਵੀ ਇਸੇ ਨੇ ਕੰਮ ਆਉਣਾ, ਜਹਿ ਮਾਤ ਪਿਤਾ ਸੁਤਮੀਤ ਨਾ ਭਾਈ। ਸਾਡੇ ਸੰਤ ਜੀ ਮਹਾਰਾਜ ਵਚਨ ਕਰਦੇ ਹੁੰਦੇ ਆ ਵੀ ਸੰਸਾਰ ਸਾਥ ਛੱਡ ਦਿੰਦਾ ਹੈ ਪਰ ਨਿਰੰਕਾਰ ਕਦੇ ਜੀਵ ਦਾ ਸਾਥ ਨਹੀਂ ਛੱਡਦਾ, ਜੇਕਰ ਜੀਵ ਪਰਮੇਸ਼ੁਰ ਦਾ ਆਸਰਾ ਤੱਕੇ, ਸਿਮਰਨ ਕਰੇ, ਭਜਨ ਕਰੇ, ਸੇਵਾ ਕਰੇ। ਇਹ ਅਸਲ ਖਜ਼ਾਨਾ ਹੈ ਸਾਡਾ ਸਾਰਿਆਂ ਦਾ। ਸੋ ਇਸ ਵਾਸਤੇ ਸਤਿਗੁਰੂ ਮਹਾਰਾਜ ਦੀ ਸ਼ਰਨ ਤੱਕੀਏ, ਨਾਮ ਜਪੀਏ, ਸਿਮਰਨ ਕਰੀਏ। ਸਿਮਰਨ ਕਿਵੇਂ ਕਰਨਾ ਹੈ? ਗੁਰੂ ਵਾਲੇ ਬਣਨਾ ਸਭ ਤੋਂ ਪਹਿਲਾਂ, ਗੁਰੂ ਦੀ ਸ਼ਰਨ ਵਿੱਚ ਆਉਣਾ ਹੈ। ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜਿਹ ਸਿਮਰਤ ਗਨਕਾ ਸੀ ਉਧਰੀ ਵੱਡੇ ਵੱਡਿਆਂ ਦਾ ਉਧਾਰ ਹੋ ਗਿਆ। ਵੱਡੇ ਵੱਡੇ ਤਰ ਗਏ, ਗੁਰੂ ਨਾਨਕ ਜੀ ਨੇ ਸੁਣਿਆ ਪੇਖੇ, ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ। ਗੁਰੂ ਨਾਨਕ ਜੀ ਨੇ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਭਰਿਆ। ਜਿਹਨੇ ਸ਼ਰਨ ਤੱਕ ਲਈ ਉਸਦਾ ਪਾਰ ਉਤਾਰਾ ਹੋ ਗਿਆ। ਬਸ ਗੱਲ ਇੱਥੇ ਹੀ ਮੁੱਕਦੀ ਹੈ ਜੀ, ਵੀ ਜੇਕਰ ਸ਼ਰਨ ਵਿੱਚ ਆਵਾਂਗੇ ਤਾਂ ਭਲਾ ਹੋਵੇਗਾ।
ਕੇਵਲ ਨਾਮ ਦੀਆਂ ਗੱਲਾਂ ਕਰ ਲੈਣੀਆਂ, ਸੁਣ ਲੈਣੀਆਂ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਗਾਏ ਸੁਣੇ ਆਖੇ ਮੀਚੇ ਪਾਈਐ ਨਾ ਪਰਮ ਪਦ, ਗੁਰ ਉਪਦੇਸ਼ ਗਹਿ ਜਾਉ ਲਉ ਨਾ ਕਮਾਈਐ। ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਪੀਜੈ ਰਾਮ ਰਾਜੇ, ਜਿਹਨਾਂ ਅੰਤਰ ਕਪਟ ਵਿਕਾਰ ਹੈ ਤੇ ਨਾ ਰੋਏ ਕਿਆ ਕੀਜੈ। ਸੋ ਇਸ ਕਰਕੇ ਅੰਤਰ ਆਤਮੇ ਤੋਂ ਸਮਰਪਣ ਕਰਕੇ, ਸਮਰਪਿਤ ਹੋ ਕੇ ਅਸਲ ਖਜ਼ਾਨਾ ਵਾਹਿਗੁਰੂ ਦੇ ਨਾਮ ਦਾ, ਵਾਹਿਗੁਰੂ ਦੇ ਭਜਨ ਦਾ, ਸਿਮਰਨ ਦਾ। ਕਿਤਨਾ ਸੁੰਦਰ ਸ਼ਬਦ ਬੜੇ ਪਿਆਰ ਦੇ ਨਾਲ ਗੁਰਮੁਖ ਪਿਆਰੇ ਸਰਵਣ ਕਰਵਾ ਰਹੇ ਸਨ, ਗੁਰੂ ਕੀ ਸੇਵਾ ਕਰੋ ਦਿਨ ਰਾਤ, ਦਿਨ ਰਾਤ ਗੁਰੂ ਦੀ ਸੇਵਾ ਬਈ ਪਰ ਮਿਲਦੀ ਭਾਗਾਂ ਨਾਲ, ਅਤੇ ਕਰਨ ਦੀ ਜਾਂਚ ਵੀ ਭਾਗਾਂ ਨਾਲ ਆਉਂਦੀ ਹੈ। ਗੁਰਮੁਖਾਂ ਦੀ ਸੰਗਤ, ਸਤਿਪੁਰਸ਼ਾਂ ਦੀ ਸੰਗਤ, ਉਹਨਾਂ ਦੀ ਸੰਗਤ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨਾਲ ਜੁੜੇ ਹੋਏ ਹੈ ਅਤੇ ਜੋੜ ਰਹੇ, ਜਿਨ੍ਹਾਂ ਦਾ ਜੀਵਨ ਬਾਣੀ ਦੇ ਸਿਧਾਂਤ ਅਨੁਸਾਰ ਹੈ, ਠੀਕ ਸਭ ਦਾ ਸਤਿਕਾਰ ਹੈ, ਸਭ ਨੂੰ ਨਮਸਕਾਰ ਹੈ, ਪਰ ਸਾਧ ਸੰਗਤ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨਾਲ ਜਿਹੜਾ ਜੁੜਿਆ ਅਤੇ ਜੋੜ ਰਿਹਾ ਹੈ, ਸਮੁੱਚੀ ਮਨੁੱਖਤਾ ਦਾ ਉਹੀ ਭਲਾ ਕਰਦਾ ਹੈ, ਸਮੁੱਚੀ ਮਨੁੱਖਤਾ ਦਾ ਉਹੀ ਭਲਾ ਮੰਗਦਾ ਹੈ। ਸਤਿਗੁਰੂ ਜੀ ਦੀ ਬਾਣੀ ਸਾਰੇ ਸੰਸਾਰ ਵਾਸਤੇ ਸਾਂਝੀ ਹੈ, ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਨੇ ਜੇ ਉਪਦੇਸ਼ ਦਿੱਤਾ ਸਾਰਿਆਂ ਲਈ ਸਾਂਝਾ ਦਿੱਤਾ ਹੈ। ਆਪਾਂ ਕਹਿੰਦੇ ਸਭ ਤੋਂ ਵੱਡਾ ਸਤਿਗੁਰੂ ਨਾਨਕ, ਬਾਕੀ ਪੈਗੰਬਰ, ਬਾਕੀ ਅਵਤਾਰ ਵੱਡੇ ਤਾਂ ਬਈ ਠੀਕ ਸਤਿਕਾਰਯੋਗ ਤਾਂ ਸਾਰੇ ਹੀ ਹਨ, ਪਰ ਵੱਡੇ ਗੁਰੂ ਨਾਨਕ ਸਾਹਿਬ ਕਿਵੇਂ ਹਨ? ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਾਰੇ ਸੰਸਾਰ ਦੀ ਸਾਂਝੀ ਗੱਲ ਕੀਤੀ ਹੈ, ਸਾਰਿਆਂ ਦੇ ਭਲੇ ਦੀ ਬਾਬਤ ਆਖਿਆ ਹੈ। ਜੇ ਇੱਥੇ ਹਿੰਦੂ ਆਇਆ ਹੈ ਤਾਂ ਹਿੰਦੂ ਦਾ ਨਿਰਾਦਰ ਨਹੀਂ ਕੀਤਾ, ਉਹਨੂੰ ਉਹਦੇ ਧਰਮ ਅਨੁਸਾਰ ਸੱਚ ਦਾ ਉਪਦੇਸ਼ ਦਿੱਤਾ ਵੀ ਜਨੇਊ ਪਹਿਨਣ ਵਾਲਿਆ, ਜਨੇਊ ਧਾਰਨ ਕਰਨ ਵਾਲਿਆ, ਜਨੇਊ ਦੇ ਗੁਣ ਵੀ ਸੁਣ ਲੈ, ਤੇਰੇ ਵਿੱਚ ਦਇਆ ਹੋਣੀ ਚਾਹੀਦੀ ਹੈ, ਸੰਤੋਖ ਹੋਣਾ ਚਾਹੀਦਾ ਹੈ, ਜਤ ਹੋਣਾ ਚਾਹੀਦਾ ਹੈ, ਸਤ ਹੋਣਾ ਚਾਹੀਦਾ। ਉਪਦੇਸ਼ ਦਿੱਤਾ ਦਇਆ, ਕਪਾਹ, ਸੰਤੋਖ, ਸੂਤ, ਜਤ, ਗੰਢੀ, ਸਤ, ਵੱਟ, ਇਹ ਜਨੇਊ ਜੀ ਕਾ, ਇਹ ਅੰਤਰਾਤਮੇ ਦਾ ਜਨੇਊ ਸਮਝਾਇਆ ਹੈ, ਇਹ ਸ਼ੁਭ ਗੁਣਾਂ ਦਾ ਜਨੇਊ ਧਾਰਨ ਕਰ। ਜੇ ਮੁਸਲਮਾਨ ਇੱਥੇ ਆਇਆ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਉਹਨੂੰ ਵੀ ਉਪਦੇਸ਼ ਦਿੰਦੇ, ਪੰਜ ਨਵਾਜਾਂ ਵਕਤ, ਪੰਜ ਪੰਜਾਂ ਪੰਜੇ ਨਾਉ, ਪਹਿਲੀ ਹੱਕ ਹਲਾਲ ਦੋਏ, ਤੀਜੀ ਖੈਰ ਖੁਦਾਏ, ਚੌਥੀ ਨੀਅਤ ਰਾਸ ਮਨ, ਪੰਜਵੀਂ ਸਿਫਤ ਸੁਣਾਏ, ਪੰਜਾਂ ਨਵਾਜਾਂ ਦਾ ਅਰਥ ਸਮਝਾਇਆ ਹੈ, ਸਾਂਝਾ ਉਪਦੇਸ਼ ਦਿੱਤਾ ਹੈ ਸਮੁੱਚੀ ਮਨੁੱਖਤਾ ਨੂੰ, ਸਰਬੱਤ ਦੇ ਭਲੇ ਦੀ ਗੱਲ ਕੀਤੀ ਹੈ। ਸੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਚਰਨਾਂ 'ਤੇ ਕੋਟ ਕੋਟ ਵਾਰ ਨਮਸਕਾਰ, ਐਸੇ ਮਹਾਂਪੁਰਸ਼ਾਂ ਦੇ ਬੰਦਗੀ ਨੂੰ, ਕਮਾਈ ਨੂੰ ਨਮਸਕਾਰ, ਜੋ ਐਡੇ ਪਰਉਪਕਾਰ ਦੇ ਕਾਰਜ ਕਰ ਰਹੇ ਹਨ। ਸੋ ਸਾਧ ਸੰਗਤ ਇਤਨੀ ਸੇਵਾ ਸਮਾਂ ਗੁਰੂ ਚਰਨਾਂ ਵਿੱਚ ਪ੍ਰਵਾਨ ਹੋਵੇ, ਆਉਣ ਵਾਲੇ ਸਮੇਂ ਦੇ ਵਿਦਵਾਨ ਮਹਾਂਪੁਰਸ਼ਾਂ ਪਾਸੋਂ ਆਪ ਜੀ ਨੇ ਗੁਰੂ ਚਰਨਾਂ ਦੇ ਨਾਲ ਜੁੜਨ ਵਾਲੇ ਬਚਨ ਸਰਵਣ ਕਰਨੇ ਆ, ਇੱਕ ਧਾਰਨਾ ਪੜ੍ਹ ਕੇ ਫਿਰ ਖਿਮਾ ਦੇ ਜਾਚਕ ਹੋਈਏ। ਸਾਂਝੇ ਭਗਵਾਨ ਜੀ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ, ਸਾਂਝੇ ਭਗਵਾਨ, ਭਗਵਾਨ ਜੀ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ।
ਸਤਿਗੁਰਾਂ ਦਾ ਧੰਨਵਾਦ, ਸਤਿਗੁਰਾਂ ਦੇ ਪਿਆਰੇ ਮਹਾਂਪੁਰਸ਼ਾਂ ਦਾ ਧੰਨਵਾਦ।